ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮਹਾਂ ਬਰਿੰਕ ਕੋਰਬਾਨ ਖਬਰਾਂ ਦੇ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਖਬਰਾਂ ਦੇ ਬਲਟਨ ਦੇ ਸਪான்ਸਰ ਹਨ ਰੀਅਲ ਏਸਟੇਟ ਬ੍ਰੋਕਰ ਮੋਹਨ ਜੀਮਾ ਰੀਅਲ ਏਸਟੇਟ ਦੀ ਦੁਨੀਆ ਚਮੰਨਿਆ ਪਰਮਨਿਆਨਾ ਪੇਸ਼ ਨੇ ਪਹਿਲਾਂ ਝੁੰਵੀਆਂ ਖਬਰਾਂ ਵਾਈਟ ਹਾਊਸ ਛੱਡਣ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਬਾਈਡਨ ਦੇ ਨਾਂ ਲਿਖਿਆ ਉਦਾਰਤਾ ਪ੍ਰਿਆ ਪੱਤਰ ਬਾਈਡਨ ਨੇ 15 ਕਾਰਜਕਾਰੀ ਆਦੇਸ਼ਾਂ ਤੇ ਕੀਤੇ ਦਸਤਖਤ WHO ਵਿੱਚ ਸ਼ਾਮਲ ਹੋਇਆ ਅਮਰੀਕਾ ਰਾਸ਼ਟਰਪਤੀ ਅਹੁਦਾ ਛੱਡਣ ਮਗਰੋਂ ਸਮੁੰਦਰ ਕਿਨਾਰੇ ਆਲੀਸ਼ਾਨ ਰਿਜ਼ੋਰਟ ਵਿੱਚ ਰਹਿਣ ਪਹੁੰਚੇ ਟਰੰਪ ਯੂਐਨ ਗੁਟਰੇਜ਼ ਨੂੰ ਮੁਦ ਸਖਤਰ ਜਨਰਲ ਬਣਾਉਣ ਦੀ ਵਕਾਲਤ ਭਾਰਤ ਅਮਰੀਕਾ ਸਬੰਧ ਹੋਰ ਗੂੜੇ ਹੋਣਗੇ ਕਮਲਾ ਦੀ ਨਿਯੁਕਤੀ ਨਾਲ ਭਾਰਤੀ ਅਮਰੀਕੀ ਐਮਪੀਜ਼ ਯੋਸ਼ ਵਿੱਚ ਕੈਨੇਡਾ ਦੀ ਗਵਰਨਰਲ ਜਨਰਲ ਜੂਲੀ ਪੇਟੇ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ ਵਾਈਟ ਹਾਊਸ ਛੱਡਣ ਤੋਂ ਪਹਿਲਾਂ ਡੋਨਾਲਡ ਟਰੰਪ ਆਪਣੇ ਉਤਰਾਧਿਕਾਰੀ ਜੋ ਬਾਈਡਨ ਦੇ ਨਾਂ ਇੱਕ ਪੱਤਰ ਲਿਖ ਗਏ ਹਨ ਸੌ ਚੁੱਕਣ ਤੋਂ ਬਾਅਦ ਨਵੇਂ ਰਾਸ਼ਟਰਪਤੀ ਬਾਈਡਨ ਨੇ ਬੁੱਧਵਾਰ ਨੂੰ ਇਹ ਪੱਤਰ ਪੜ੍ਹਿਆ ਤੇ ਦੱਸਿਆ ਕਿ ਉਹ ਉਦਾਰਤਾ ਨਾਲ ਭਰਿਆ ਹੈ ਅਮਰੀਕੀ ਰਵਾਇਤੀ ਅਨੁਸਾਰ ਸਾਬਕਾ ਰਾਸ਼ਟਰਪਤੀ ਆਪਣੇ ਉਤਰਾਧਿਕਾਰੀ ਲਈ ਇੱਕ ਪੱਤਰ ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਛੱਡ ਕੇ ਜਾਂਦੇ ਹਨ ਟਰੰਪ ਵੀ ਇਸੇ ਰਵਾਇਤੀ ਪਾਲਣਾ ਕਰਦੇ ਹੋਏ ਬਾਈਡਨ ਦੇ ਨਾਂ ਪੱਤਰ ਛੱਡ ਗਏ ਸਨ ਹਾਲਾਂਕਿ ਟਰੰਪ ਨੇ ਕਈ ਰਵਾਇਤਾਂ ਦੀ ਅਣਦੇਖੀ ਵੀ ਕੀਤੀ ਉਹ ਵਾਈਡਨ ਦੇ ਸੌ ਚੁੱਕਣ ਤੋਂ ਪਹਿਲਾਂ ਹੀ ਵਾਈਟ ਹਾਊਸ ਤੋਂ ਚਲੇ ਗਏ ਸਨ ਉਹਨਾਂ ਦੀ ਜਗ੍ਹਾ ਸਾਬਕਾ ਉਪਰਾਸ਼ਟਰਪਤੀ ਮਾਈਕ ਪੇਂਕ ਨੇ ਰਵਾਇਤੀ ਨਸਮਾ ਨਿਵਾਇਆਂ ਬਾਈਡਨ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਰਾਸ਼ਟਰਪਤੀ ਨੇ ਬੇहद ਉਦਾਰਤਾ ਭਰਿਆ ਪੱਤਰ ਲਿਖਿਆ ਹੈ ਕਿਉਂਕਿ ਇਹ ਨਿੱਜੀ ਹੈ ਇਸ ਬਾਰੇ ਮੈਂ ਉਦੋਂ ਤੱਕ ਨਹੀਂ ਦੱਸਾਂਗਾ ਜਦੋਂ ਤੱਕ ਮੈਂ ਟਰੰਪ ਨਾਲ ਗੱਲ ਨਹੀਂ ਕਰ ਲੈਂਦਾ ਪਰ ਇਹ ਮੌਜੂਦਾ ਉਦਾਰਤਾ ਭਰਿਆ ਹੈ ਉਹਨਾਂ ਨੇ ਦੱਸਿਆ ਕਿ ਉਹ ਟਰੰਪ ਨਾਲ ਗੱਲ ਕਰਨ ਦੀ ਯੋਜਨਾ ਬਣਾ ਰਹੇ ਹਨ ਬਾਈਡਨ ਨੇ ਓਵਲ ਦਫ਼ਤਰ ਵਿੱਚ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕਰਨ ਤੋਂ ਪਹਿਲਾਂ ਇਹ ਪੱਤਰ ਪੜ੍ਹਿਆ ਸੀ ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ ਬਾਈਡਨ ਦੀ ਪਹਿਲੀ ਨਾਮਜ਼ਦਗੀ ਤੇ ਆਪਣੀ ਮੋਹਰ ਲਗਾ ਦਿੱਤੀ ਹੈ ਬਾਈਡਨ ਨੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਅਹੁਦੇ ਲਈ ਐਵਰਿਲ ਹੈਂਸ ਨੂੰ ਨਾਮਜ਼ਦ ਕੀਤਾ ਸੀ ਇਸ ਨਾਮਜ਼ਦਗੀ ਨੂੰ ਸੈਨੇਟ ਨੇ 10 ਦੇ ਮੁਕਾਬਲੇ 84 ਵੋਟਾਂ ਨਾਲ ਮਨਜ਼ੂਰੀ ਮਿਲ ਗਈ ਬਾਈਡਨ ਕੈਬਨਟ ਵਿੱਚ ਨਿਯੁਕਤੀ ਵਾਲੀ ਹੈਂਸ ਪਹਿਲੀ ਮੈਂਬਰ ਬਣ ਗਈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਹੁਦਾ ਸੰਭਾਲਦੇ ਹੀ 15 ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕੀਤੇ ਜਿਨ੍ਹਾਂ ਵਿੱਚੋਂ ਕੁਝ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਹਨਾਂ ਵਿਦੇਸ਼ ਨੀਤੀਆਂ ਤੇ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਕੁਝ ਫੈਸਲਿਆਂ ਨੂੰ ਪਲਟਣ ਵਾਲੇ ਹਨ ਇਨ੍ਹਾਂ ਕਾਰਜਕਾਰੀ ਆਦੇਸ਼ਾਂ ਵਿੱਚ ਪੈਰਿਸ ਜੀਐਲਵਾਯੂ ਤਬਦੀਲੀ ਸਮਝੌਤੇ ਵਿੱਚ ਮੁਰ ਸ਼ਾਮਲ ਹੋਣਾ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵੱਕ ਹੋਣ ਤੋਂ ਰੋਕਣਾ ਮੁਸਲਿਮ ਦੇਸ਼ਾਂ ਤੋਂ ਲੋਕਾਂ ਦੀ ਯਾਤਰਾ ਪਾਬੰਦੀ ਨੂੰ ਹਟਾਉਣਾ ਅਤੇ ਮੈਕਸੀਕੋ ਸਰਹੱਦ ਤੇ ਕੰਧ ਨਿਰਮਾਣ ਨੂੰ ਤੁਰੰਤ ਰੋਕਣਾ ਆਦ ਸ਼ਾਮਲ ਹੈ ਬਾਈਡਨ ਨੇ ਬੁੱਧਵਾਰ ਨੂੰ ਕਾਰਜਕਾਰੀ ਆਦੇਸ਼ਾਂ ਤੇ ਦਸਤਕਦ ਦੇ ਬਾਅਦ ਵਾਈਟ ਹਾਊਸ ਦੇ ਓਵਲ ਆਫਿਸ ਵਿੱਚ ਪੱਤਰਕਾਰਾਂ ਨੂੰ ਕਿਹਾ ਮੈਂ ਅੱਜ ਦੇ ਕਾਰਜਕਾਰੀ ਕਦਮਾਂ ਨਾਲ ਮਾਣ ਮਹਿਸੂਸ ਕਰਦਾ ਹਾਂ ਅਤੇ ਮੈਂ ਅਮਰੀਕਾ ਦੀ ਜਨਤਾ ਨਾਲ ਜਿਹੜਾ ਵਾਅਦਾ ਕੀਤਾ ਸੀ ਉਹਨਾਂ ਨੂੰ ਪੂਰਾ ਕਰਨ ਜਾ ਰਿਹਾ ਹਾਂ ਹਾਲੇ ਲੋਬੀ ਯਾਤਰਾ ਕਰਨੀ ਬਾਕੀ ਹੈ ਇਹ ਸਿਰਫ ਕਾਰਜਕਾਰੀ ਆਦੇਸ਼ ਹਨ ਇਹ ਜ਼ਰੂਰੀ ਹਨ ਪਰ ਜੋ ਅਸੀਂ ਕਰਨ ਵਾਲੇ ਹਾਂ ਉਸ ਲਈ ਸਾਨੂੰ ਬਿੱਲਾਂ ਦੀ ਲੋੜ ਪਵੇਗੀ ਰਾਸ਼ਟਰਪਤੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਹੋਰ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕਰਨ ਵਾਲੇ ਹਨ ਵਾਈਟ ਹਾਊਸ ਦਾ ਪ੍ਰੈਸ ਕਟਰ ਜੇਨ ਸਾਕੀ ਨੇ ਬੁੱਧਵਾਰ ਨੂੰ ਆਪਣੀ ਪਹਿਲੀ ਪ੍ਰੈਸ ਵਾਰਤਾ ਵਿੱਚ ਕਿਹਾ ਕਿ ਬਾਈਡਨ ਨੇ 15 ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕੀਤੇ ਹਨ ਬਾਈਡਨ ਦੀ ਕੈਬਨਿਟ ਅਮਰੀਕੀ ਇਤਿਹਾਸ ਵਿੱਚ ਨਸਲੀ ਤੌਰ ਤੇ ਸਭ ਤੋਂ ਵੱਖਰੀ ਹੋਵੇਗੀ ਮੰਤਰੀ ਮੰਡਲ ਦੇ ਸਾਥੀਆਂ ਵਿੱਚ ਕਈਆਂ ਨਾਲ ਪਹਿਲੀ ਵਾਰ ਸੰਯੋਗ ਬਣਾ ਰਿਹਾ ਹੈ ਜਿਵੇਂ ਕਿ ਕਮਲਾ ਹੈریس ਅਮਰੀਕਾ ਦੀ ਪਹਿਲੀ ਮਹਿਲਾ ਉਪਰਾਸ਼ਟਰਪਤੀ ਬਣੀ ਉਹ ਪਹਿਲੀ ਗੈਰ ਗੋਰੀ ਮਹਿਲਾ ਉਪਰਾਸ਼ਟਰਪਤੀ ਅਤੇ ਪਹਿਲੀ ਏਸ਼ੀਆਈ ਮੂਲ ਦੀ ਉਪ ਰਾਸ਼ਟਰਪਤੀ ਵੀ ਹੈ ਡੇਵ ਹੌਲੈਂਡ ਪਹਿਲੀ ਨੇਟਿਵ ਅਮਰੀਕੀ ਕੈਬਨਿਟ ਸੱਤਰ ਬਣਾਈ ਜਾ ਰਹੀ ਹੈ ਜੇਨੇਟ ਯੇਲੇਮਨ ਪਹਿਲੇ ਖਜ਼ਾਨਾ ਸੱਤਰ ਬਣਨਗੇ ਲਾਇਡ ਆਸਟਨ ਪਹਿਲੇ ਗੈਰ ਗੋਰੇ ਰੱਖਿਆ ਮੰਤਰੀ ਬਣਾਏ ਜਾ ਰਹੇ ਹਨ ਐਲੇਜਾਂdre ਮੇਅਰ ਕਾਸ ਪਹਿਲੇ ਸ਼ਰਨਾਰਥੀ ਹਨ ਜੋ ਅੰਦਰੂਨੀ ਸੁਰੱਖਿਆ ਦੀ ਸੰਭਾਲ ਕਰਨਗੇ ਪੀਟ ਬਟਿਗ ਕੈਬਨਿਟ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਸਮਲਿੰਗੀ ਟਰਾਂਸਪੋਰਟਰ ਸੱਤਰ ਬਣਨਗੇ ਐਬਰਲ ਹੈਨਸ ਰਾਸ਼ਟਰੀ ਇੰਟੈਲੀਜੈਂਸ ਦੀ ਪਹਿਲੀ ਮੈਲਾ ਡਾਇਰੈਕਟਰ ਹੋਵੇਗੀ ਨੀਰਾ ਟੰਡਨ ਮੈਨੇਜਮੈਂਟ ਅਤੇ ਬਜਟ ਸੰਭਾਲਣ ਵਾਲੀ ਪਹਿਲੀ ਗੈਰ ਗੋਰੀ ਬੀਬੀ ਹੋਵੇਗੀ ਵਨੀਤਾ ਗੁਪਤਾ ਪਹਿਲੀ ਗੈਰ ਗੋਰੀ ਬੀਬੀ ਹੋਵੇਗੀ ਜੋ ਨਿਆਂ ਵਿਭਾਗ ਸੰਭਾਲੇਗੀ ਜੇਵੀਅਰ ਬਕੇਰਾ ਸਿਹਤ ਤੇ ਮਨੁੱਖੀ ਸੇਵਾਵਾਂ ਵਿੱਚ ਕੰਮ ਕਰਨ ਵਾਲੀ ਪਹਿਲੀ ਲਾਤੀਨੀ ਅਮਰੀਕੀ ਹੋਵੇਗੀ ਮੰਤਰੀ ਮੰਡਲ ਵਿੱਚ ਪਹਿਲੀ ਵਾਰ ਪੰਜ ਬੀਬੀਆਂ ਹੋਣਗੀਆਂ ਸਭ ਤੋਂ ਪਹਿਲਾਂ 1933 ਵਿੱਚ ਰੂਜ਼ ਵੇਲਟ ਦੇ ਮੰਤਰੀ ਮੰਡਲ ਵਿੱਚ ਬੀਬੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਤਿੰਨ ਉਬਾਮਾ ਨੇ ਚਾਰ ਟਰੰਪ ਨੇ ਦੋ ਬੀਬੀਆਂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਸੀ ਪਰ ਬਾਈਡਨ ਇਸ ਰਿਕਾਰਡ ਨੂੰ ਤੋੜ ਰਹੇ ਹਨ ਵਾਈਟ ਹਾਊਸ ਛੱਡਣ ਤੋਂ ਬਾਅਦ ਇਸ ਬਾਰੇ ਕਾਫੀ ਚਰਚਾ ਹੋਈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਕਿੱਥੇ ਰਹਿਣਗੇ 트੍ਰੰਪ ਆਖਰਕਾਰ ਵਾਸ਼ਿੰਗਟਨ ਤੋਂ ਬਾਹਰ ਆ ਗਏ ਫਿਲਹਾਲ 트੍ਰੰਪ ਦੇ ਉਹਨਾਂ ਦੀ ਪਤਨੀ ਮਿਲਾਨੀਆ 트੍ਰੰਪ ਫੋਲੋਰੀਡਾ ਦੇ ਇੱਕ ਰਿਜ਼ੋਰਟ ਹੋਮ ਵਿੱਚ ਰਹਿਣਗੇ ਫੋਲੋਰੀਡਾ ਵਿੱਚ ਮਾਰੇ ਲਾਗੋ ਇੱਕ ਇਤਿਹਾਸਕ ਸਥਾਨ ਹੈ ਜਿੱਥੇ 트੍ਰੰਪ ਰਹਿ ਰਹੇ ਹਨ ਇਹ 1927 ਵਿੱਚ ਬਣਾਇਆ ਗਿਆ ਸੀ ਇਸ ਵਿੱਚ 126 ਕਮਰੇ ਹਨ ਮਾਰੇ ਲਾਗੋ ਕਲੱਬ ਹੈ ਜਿਸ ਵਿੱਚ ਮੈਂਬਰਸ਼ਿਪ ਦੇ ਆਧਾਰ ਤੇ ਐਂਟਰੀ ਮਿਲਦੀ ਹੈ ਡੋਨਾਲਡ 트੍ਰੰਪ ਨੇ 1985 ਵਿੱਚ ਮਾਰੇ ਲਾਗੋ ਨੂੰ ਤਕਰੀਬਨ 10 ਮਿ ਡਾਲਰ ਵਿੱਚ ਖਰੀਦਿਆ ਸੀ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਬਾਈਡਨ ਦੇ ਸੌ ਚੁੱਕਣ ਤੋਂ ਠੀਕ ਪਹਿਲਾਂ ਆਪਣੇ ਸਰਕਾਰੀ ਜਹਾਜ਼ 에어ਫੋਰਸ 1 ਰਾਹੀਂ ਬੁੱਧਵਾਰ ਨੂੰ ਫੋਲੋ ਰੀਡਾ ਪਹੁੰਚੇ ਇਸ ਸਮੇਂ ਦੌਰਾਨ ਸੈਂਕੜੇ ਲੋਕ 트੍ਰੰਪ ਦੇ ਸਵਾਗਤ ਲਈ ਸੜਕ ਕਿਨਾਰੇ ਖੜੇ ਦਿਖਾਈ ਦਿੱਤੇ 74 ਸਾਲਾ 트੍ਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ 2024 ਵਿੱਚ ਇੱਕ ਵਾਰ ਫਿਰ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਹਨ ਵਾਲ ਸਟਰੀਟ ਦੀ ਖਬਰ ਮੁਤਾਬਕ 트੍ਰੰਪ ਇੱਕ ਨਵੀਂ ਪਾਰਟੀ ਬਣਾ ਸਕਦੇ ਹਨ ਹਾਲਾਂਕਿ ਉਹਨਾਂ ਖਿਲਾਫ ਸੰਜਤ ਤੇ ਹਿੰਸਕ ਪੀੜ ਹਮਲੇ ਨੂੰ ਲੈ ਕੇ ਟ੍ਰਾਇਲ ਵੀ ਚੱਲ ਰਿਹਾ ਹੈ ਟ੍ਰਾਇਲ ਰਾਹੀਂ ਟ੍ਰੰਪ ਨੂੰ ਅਗਲੀ ਵਾਰ ਚੋਣਾ ਲੜਨ ਤੋਂ ਵੀ ਰੋਕਿਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਟ੍ਰੰਪ ਦਾ ਮਾਰੇ ਲੈਗੋ ਵਿੱਚ ਰਿਜ਼ੋਰਟ ਵਿੱਚ ਲੰਬੇ ਸਮੇਂ ਤੱਕ ਰਹਿਣਾ ਮੁਸ਼ਕਲਾਂ ਖੜੀਆਂ ਕਰਨ ਵਾਲਾ ਹੋ ਸਕਦਾ ਹੈ ਕਿਉਂਕਿ ਜਿਹੜੇ ਸਥਾਨਕ ਲੋਕ ਉੱਥੇ ਰਹਿੰਦੇ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਟ੍ਰੰਪ ਰਿਜ਼ੋਰਟ ਨੂੰ ਘਰ ਬਣਾ ਕੇ ਰਹਿੰਦੇ ਹਨ ਤਾਂ ਸੁਰੱਖਿਆ ਪ੍ਰਬੰਧਾਂ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਹੋਵੇਗੀ ਫਿਲਹਾਲ ਟ੍ਰੰਪ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਕਿੰਨੇ ਸਮੇਂ ਲਈ ਇਸ ਰਿਜ਼ੋਰਟ ਵਿੱਚ ਰਹਿਣ ਲਈ ਗਏ ਹਨ ਚੀਨ ਨੇ ਅントੋਨੀਓ ਗੁਟੇਰੇਸ ਨੂੰ ਸੰਯੁਕਤ ਰਾਸ਼ਟਰ ਦਾ ਦੂਜੀ ਵਾਰ ਸਖਤਰ ਜਨਰਲ ਬਣਾਈ ਜਾਣ ਦੀ ਹਮਾਇਤ ਕੀਤੀ ਹੈ ਗੁਟੇਰੇਸ ਦਾ UN ਦੇ ਸਖਤਰ ਜਨਰਲ ਵਜੋਂ ਪਹਿਲਾ ਕਾਰਜਕਾਲ 31 ਦਸੰਬਰ ਨੂੰ ਖਤਮ ਹੋ ਗਿਆ ਹੈ ਚੀਨ ਦੇ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਗੁਟੇਰੇਸ ਨੇ ਸੰਯੁਕਤ ਰਾਸ਼ਟਰ ਆਮ ਸਭਾ ਦੇ ਪ੍ਰਧਾਨ ਵੋਲਕਨ ਵੋਸਕਰ ਨੂੰ ਇੱਕ ਪੱਤਰ ਲਿਖ ਕੇ ਹੋਰ 5 ਸਾਲ ਇਸ ਅਹੁਦੇ ਤੇ ਬਰਕਰਾਰ ਰੱਖਣ ਦੀ ਖੁਆਇਸ਼ ਜਤਾਈ ਹੈ ਗੁਟੇ ਰੇਜ਼ ਨੇ ਪੱਤਰ ਵਿੱਚ ਕਿਹਾ ਮੈਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਵਜੋਂ ਦੂਜੇ ਕਾਰਜਕਾਰੀ ਸੇਵਾਵਾਂ ਦੇਣ ਲਈ ਉਪਲਬਧ ਹਾਂ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁੰਚਿੰਗ ਨੇ ਕਿਹਾ ਕਿ ਗੁਟੇ ਰੇਜ਼ ਦੇ ਯੂਨ ਦਾ ਸਕੱਤਰ ਜਨਰਲ ਰਹੇਂਦਿਆਂ ਇਸ ਆਲਮੀ ਸੰਸਥਾ ਨੇ ਵਿਸ਼ਵ ਸ਼ਾਂਤੀ ਤੇ ਸੁਰੱਖਿਆ ਨੂੰ ਕਾਇਮ ਰੱਖਣ ਮਹਾਮਾਰੀ ਦੇ ਟਾਕਰੇ ਲਈ ਕੁਮਾਂਤਰੀ ਪੱਧਰ ਤੇ ਸਹਿਯੋਗ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਇਸ ਵਾਸਤੇ ਚੀਨ ਗੁਟੇ ਰੇਜ਼ ਨੂੰ ਅਗਲੇ ਸਕੱਤਰ ਜਨਰਲ ਵਜੋਂ ਟੁਕਮਾ ਉਮੀਦਵਾਰ ਮੰਨਦਾ ਹੈ ਜੋ ਵਾਈਡਨ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਹੁਣ ਚੀਨ ਵੱਲੋਂ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦਾ ਸਾਹਮਣਾ ਸਾਂਝੇ ਤੌਰ ਤੇ ਕਰਨ ਲਈ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਹੋਰ ਗੂੜੇ ਹੋਣ ਦੀ ਸੰਭਾਵਨਾ ਹੈ ਸਾਬਕਾ ਕੂਟਨੀਤਕਾਂ ਤੇ ਸੁਰੱਖਿਆ ਮਾਇਰਾਂ ਨੇ ਆਸ ਜਤਾਈ ਕਿ ਦੋਵਾਂ ਮੁਲਕਾਂ ਵਿਚਕਾਰ ਰਣਨੀਤਿਕ ਅਤੇ ਰੱਖਿਆ ਸਹਿਯੋਗ ਹੋਰ ਵਧੇਗਾ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਵੀ ਏਸ਼ੀਆ ਬਾਰੇ ਸਪਸ਼ਟ ਸੰਕੇਤ ਦਿੰਦੇ ਆ ਕਿਹਾ ਕਿ ਉਹ ਚੀਨ ਨਾਲ ਸਖਤੀ ਵਰਤਣਗੇ ਇਸ ਆਪਕਾ ਕੂਟਨੀਤਕ ਅਰुण सिग्ਨੇ ਕਿਹਾ ਕਿ ਭਾਰਤ ਨੂੰ ਚੀਨ ਤੋਂ ਮਿਲ ਰਹੀ ਚੁਣੌਤੀ ਅਤੇ ਅਮਰੀਕਾ ਨੂੰ ਕਮਿਊਨਿਸਟ ਮੁਲਕ ਤੋਂ ਆਰਥਿਕ ਟੈਕਨੋਲੋਜੀ ਅਤੇ ਫੌਜੀ ਉਪਾਰ ਦੇ ਖਤਰੇ ਕਾਰਨ ਉਹ ਇਕੱਠਿਆਂ ਰਲ ਕੇ ਕਦਮ ਅਗਾਹ ਵਧਾ ਸਕਦੇ ਹਨ ਉਨ੍ਹਾਂ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਸਾਗਰ ਖਿੱਤੇ ਵਿੱਚ ਸਹਿਯੋਗ ਹੋਰ ਮਜ਼ਬੂਤ ਹੋਣ ਦੀ ਆਸ ਹੈ ਸفیر ਅਜੀਤ ਭਾਟੀਆਂ ਨੇ ਕਿਹਾ ਕਿ ਪਿਛਲੇ 20 ਸਾਲਾਂ ਦੌਰਾਨ ਦੋਵੇਂ ਮੁਲਕਾਂ ਵਿਚਕਾਰ ਬਣੇ ਚੌਤਰਫਾ ਸਬੰਧ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ ਰਣਨੀਤਿਕ ਮਾਮਲਿਆਂ ਦੇ ਉੱਗੇ ਮਾਹਿਰ ਜੀ 파ਰਥਾਸਾਰਥੀ ਨੇ ਕਿਹਾ ਕਿ ਚੀਨ ਦੇ ਏਸ਼ੀਆਈ ਮੁਲਕਾਂ ਖਿਲਾਫ ਹਮਲਾਵਾਰ ਰੋਕ ਨਾਲ ਟੱਕਰੇ ਲਈ ਬਾਈਡਨ ਦੀਆਂ ਨੀਤੀਆਂ ਵਿੱਚ ਚਲਕ ਮਿਲਦੀ ਹੈ ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਨੂੰ ਆਪਣੇ ਹਿੱਤਾਂ ਲਈ ਕੰਮ ਕਰਨਾ ਪਵੇਗਾ ਸਾਬਕਾ ਡਿਫਟੀ ਚੀਫ ਆਫ ਆਰਮੀ ਸਟਾਫ ਲੈਫਟੀਨੈਂਟ ਜਨਰਲ ਸਬਰਤਾ ਸਾਹਾ ਨੇ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਰਣਨੀਤਿਕ ਸੰਬੰਧ ਪਹਿਲਾਂ ਵਾਂ ਕਾਇਮ ਰਹਿਣਗੇ ਤੇ ਆਪਸੀ ਸਹਿਯੋਗ ਹੋਰ ਵਧੇਗਾ ਬਾਈਡੇ ਨੇ ਕੈਨੇਡਾ ਨੂੰ ਤਕੜਾ ਝਟਕਾ ਦਿੱਤਾ ਹੈ 20 ਜਨਵਰੀ 2021 ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਪਹਿਲੇ ਹੀ ਦਿਨ ਬਾਈਡੇ ਨੇ ਕਿ ਸਟੋਨ ਐਕਸ ਐਲ ਪਾਈਪਲਾਈਨ ਦੇ ਕੰਮ ਤੇ ਰੋਕ ਲਗਾ ਦਿੱਤੀ ਉਸ ਤੋਂ ਪਹਿਲਾਂ 2015 ਵਿੱਚ ਬੁਰਾਕ ਵਾਮਾ ਨੇ ਵੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਫਿਰ 2017 ਵਿੱਚ ਡੋਨਾਲਡ ਟਰੰਪ ਨੇ ਇਸ ਫੈਸਲੇ ਨੂੰ ਉਲਟਾ ਦਿੱਤਾ ਅਤੇ ਪਰਮਿਟ ਜਾਰੀ ਕਰ ਦਿੱਤਾ 2019 ਵਿੱਚ ਇਸ ਪਾਈਪਲਾਈਨ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਕੀ ਸਟੋਨ ਕੈਨੇਡਾ ਅਤੇ ਅਮਰੀਕਾ ਵਿਚਕਾਰ ਇੱਕ ਤੇਲ ਪਾਈਪਲਾਈਨ ਹੈ ਸੰਯੁਕਤ ਰਾਜ ਅਮਰੀਕਾ ਦੇ ਵਾਤਾਵਰਣ ਪੱਖੀ ਲੋਕ ਤੇ ਸੰਗਠਨ ਇਸ ਦੇ ਵਿਰੋਧ ਵਿੱਚ ਰਹਿ ਰਹੇ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਪਾਈਪਲਾਈਨ ਜ਼ਰੀਏ ਜੋ ਤੇਲ ਆਉਣ ਵਾਲਾ ਹੈ ਉਸ ਤੋਂ ਹੋਣ ਵਾਲੀ ਕਾਰਬਨ ਨਿਕਾਸੀ 30% ਜ਼ਿਆਦਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰਾਸ਼ਟਰਪਤੀ ਬਾਈਡਨ ਵੱਲੋਂ ਕਿ ਸਟੋਨ ਤੇਲ ਪਾਈਪਲਾਈਨ ਦੇ ਪਰਮਿਟ ਨੂੰ ਰੱਦ ਕਰਨ ਤੇ ਉਹ ਨਿਰਾਸ਼ ਹਨ ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਇਸ ਨੂੰ ਅਲਬਰਟਾ ਦੇ ਲੋਕਾਂ ਲਈ ਜ਼ੋਰਦਾਰ ਥੱਪੜ ਅਤੇ અપਮਾਨ ਘਰਾੜ ਦਿੱਤਾ ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਪਹਿਲੇ ਹੀ ਦਿਨ ਤੋਂ ਯੋਗੀ ਵਪਾਰਕ ਭਾਈਵਾਲ ਨੂੰ ਇਹ ਝਟਕਾ ਦੇ ਦਿੱਤਾ 트럼ਪ ਨੇ ਸਾਲ 2019 ਵਿੱਚ ਕੈਨੇਡਾ ਨਾਲ 1900 ਕਿਲੋਮੀਟਰ ਲੰਬੀ ਤੇਲ ਪਾਈਪਲਾਈਨ ਬਣਾਉਣ ਦਾ ਇਕਰਾਰ ਕੀਤਾ ਸੀ ਇਸ ਦਰਿਅੇ ਇੱਕ ਦਿਨ ਵਿੱਚ ਲਗਭਗ 830000 ਬੈਰਲ ਭਾਰੀ ਕੱਚੇ ਤੇਲ ਨੂੰ ਕੈਨੇਡਾ ਦੇ ਅਲਬਰਟਾ ਤੋਂ ਅਮਰੀਕਾ ਨਿਵਾਸਕਾ ਲੈ ਜਾਣ ਦੀ ਯੋਜਨਾ ਸੀ ਹਾਲਾਂਕਿ ਬਾਈਡਨ ਨੇ ਇਸ ਨੂੰ ਰੱਦ ਕਰਕੇ ਇਹ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਅਮਰੀਕਾ ਹੁਣ ਸਿਰਫ ਸਵੱਛ ਊਰਜਾ ਤੇ ਜ਼ੋਰ ਦੇਵੇਗਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਚੀਨ ਦੀਆਂ ਮੁਸ਼ਕਲਾਂ ਵਧਾ ਸਕਦੇ ਹਨ ਜੋ ਬਾਈਡਨ ਵੱਲੋਂ ਖੂਫੀਆ ਮੁਖੀ ਦੇ ਤੌਰ ਤੇ ਐਵਰਲ ਹੈਨਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਚੀਨ ਵੱਲੋਂ ਮਿਲ ਰਹੀਆਂ ਚੁਣੌਤੀਆਂ ਦਾ ਸਾਮਣਾ ਕਰਨ ਲਈ ਹਮਲਾਵਾਰ ਰਵਈਆ ਅਪਣਾਏ ਜਾਣ ਦਾ ਸਮਰਥਨ ਕਰਦੀ ਹੈ ਇਸ ਤੋਂ ਪਹਿਲਾਂ ਡੋਨਾਲਡ 트੍ਰੰਪ ਪ੍ਰਸ਼ਾਸਨ ਵੀ ਚੀਨ ਦੇ ਪ੍ਰਤੀ ਸਖਤ ਰਵਈਆ ਅਪਣਾ ਚੁੱਕੇ ਹਨ ਜਿਸ ਕਾਰਨ ਚੀਨ ਨੂੰ ਕਈ ਪਾਬੰਦੀਆਂ ਝੇਲਣੀਆਂ ਪਈਆਂ ਐਵਰਲ ਨੇ ਚੀਨ ਨੂੰ ਅਮਰੀਕਾ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਖਤਰਾ ਦੱਸਦੇ ਹੋਏ ਕਿਹਾ ਕਿ ਵਿਜਿੰਗ ਵੱਲੋਂ ਮਿਲ ਰਹੀਆਂ ਚੁਣੌਤੀਆਂ ਦਾ ਹਮਲਾਵਾਰਤਾ ਨਾਲ ਸਾਹਮਣਾ ਕਰਨਾ ਪਵੇਗਾ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਅਹੁਦੇ ਲਈ ਕਨਫਰਮੇਸ਼ਨ ਦੌਰਾਨ ਐਵਰਲ ਨੇ ਕਿਹਾ ਕਿ ਚੀਨ ਨੂੰ ਲੈ ਕੇ ਅਮਰੀਕਾ ਦੇ ਰਵੱਈਏ ਨੂੰ ਹੁਣ ਬਦਲਣਾ ਹੋਵੇਗਾ ਤਾਂ ਕਿ ਚੀਨ ਦੀ ਦਾਅਵੇਦਾਰੀ ਅਤੇ ਹਮਲਾਵਾਰਤਾਂ ਦਾ ਸਾਹਮਣਾ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਚੀਨ ਸਾਡੀ ਸੁਰੱਖਿਆ ਖੁਸ਼ਹਾਲੀ ਅਤੇ ਕਈ ਹੋਰ ਮਾਮਲੇ ਲਈ ਚੁਣੌਤੀ ਹੈ ਇਸ ਲਈ ਅਸੀਂ ਜਿਨ੍ਹਾਂ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਾਂ ਉਸ ਨਾਲ ਨਜਿੱਠਣ ਲਈ ਹਮਲਾਵਾਰ ਰਵਈਆ ਅਪਣਾਉਣਾ ਜ਼ਰੂਰੀ ਹੋਵੇਗਾ ਉਹਨਾਂ ਨੇ ਕਿਹਾ ਕਿ ਚੀਨ ਨੂੰ ਜਸੂਸੀ ਦੀ ਆਦਤ ਹੈ ਪਰ ਅਸੀਂ ਉਸ ਨੂੰ ਕਿਸੇ ਵੀ ਤਰ੍ਹਾਂ ਨਾਲ ਗੈਰ ਕਾਨੂੰਨੀ ਕਾਰਵਾਈ ਕਰਨ ਤੋਂ ਰੋਕਾਂਗੇ ਅਮਰੀਕਾ ਵਿੱਚ ਭਾਰਤੀ ਅਮਰੀਕੀ ਐਮਪੀਜ਼ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਾਹਸਪੂਰਵਕ ਚੁਣੌਤੀਆਂ ਦਾ ਸਾਹਮਣਾ ਕਰਨਗੇ ਤੇ ਦਿੱਕਤ ਵਿੱਚ ਆਏ ਅਰਥਚਾਰੇ ਨੂੰ ਦੁਬਾਰਾ ਮਜ਼ਬੂਤ ਕਰਨਗੇ ਭਾਰਤੀ ਅਮਰੀਕੀ ਐਡਵੋਕੇਸੀ ਆਰਗੇਨਾਈਜੇਸ਼ਨ ਦੇ ਵਰਚੁਅਲ ਪ੍ਰੋਗਰਾਮ ਵਿੱਚ ਐਮਪੀ ਰਾਜਾ ਕ੍ਰਿਸ਼ਨ ਮੂਰਤੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਅਖੀਰ ਬਾਈਡਨ ਅਤੇ ਹੈਰਿਸ ਨੇ ਦੇਸ਼ ਦੀ ਅਗਵਾਈ ਸੰਭਾਲ ਲਈ ਹੈ ਐਮਪੀ ਰੋਖੰਨਾ ਨੇ ਕਿਹਾ ਕਿ ਨਵੀਂ ਸਰਕਾਰ ਦਾ ਗਠਨ ਸਾਡੇ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੈ ਇਹ ਅਮਰੀਕਾ ਦੇ ਬਹੁ ਨਸਲੀ ਲੋਕਤੰਤਰ ਦੀ ਵਿਸ਼ੇਸ਼ਤਾ ਨੂੰ ਪ੍ਰਦਰਸ਼ਿਤ ਕਰਦਾ ਹੈ ਐਮਪੀ ਐਮੀ ਬੇਰਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਵਿਚਕਾਰ ਮਨਵੀ ਗੁਣਾ ਨਾਲ ਭਰਪੂਰਤ ਅਤੇ ਨਿਮਰਤਾ ਵਾਲੀ ਲੀਡਰਸ਼ਿਪ ਨਾਲ ਦੇਸ਼ ਵਿੱਚ ਸਮੱਸਿਆਵਾਂ ਦਾ ਹੱਲ ਵੇ ਤਟੰਗ ਨਾਲ ਹੋ ਸਕੇਗਾ ਐਮਪੀ ਪ੍ਰੇਮਿਲਾ ਜੈਪਾਲ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਤੇ ਖੁਸ਼ੀ ਹੈ ਕਿ ਦੇਸ਼ ਵਿੱਚ ਪਹਿਲੀ ਔਰਤ ਦੇ ਰੂਪ ਵਿੱਚ ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਦਾ ਦਾਇਤਭ ਸੰਭਾਲਿਆ ਹੈ ਉਹਨਾਂ ਨੇ ਪਹਿਲੀ ਸਿਹਾ ਫਾਰਮ ਅਤੇ ਦੱਖਣੀ ਏਸ਼ੀਆਈ ਔਰਤ ਹੋਣ ਕਾਰਨ ਇੱਕ ਖੁਸ਼ੀ ਹੋਰ ਵੱਧ ਜਾਂਦੀ ਹੈ ਜੋ ਵਾਈਡਨ ਵੱਲੋਂ ਵਾਈਟ ਹਾਊਸ ਵਿੱਚ ਡਾਇਰੈਕਟਰ ਆਫ ਆਫਿਸ ਆਫ ਮੈਨੇਜਮੈਂਟ ਬਜਟ ਦੇ ਅਹੁਦੇ ਤੇ ਨਿਯੁਕਤ ਭਾਰਤੀ ਅਮਰੀਕੀ ਨੀਰਾ ਟੰਡਨ ਨੇ ਕਿਹਾ ਸੰਸਤਾ ਦੇ ਕਾਰਜਕਾਰੀ ਡਾਇਰੈਕਟਰ ਮੀਲ ਮਖੀਜਾ ਨੇ ਕਿਹਾ ਕਿ ਆਪਣਾ ਭਵਿੱਖ ਬਣਾਉਣ ਲਈ ਇੱਥੇ ਆ ਕੇ ਪ੍ਰਵਾਸੀ ਲੋਕਾਂ ਲਈ ਕਮਲਾ ਹੈਦਿਸਤਾ ਉਪ ਰਾਸ਼ਟਰਪਤੀ ਬਣਨਾ ਮਾਣ ਦੀ ਗੱਲ ਹੈ ਭਾਰਤੀ ਅਮਰੀਕੀਆਂ ਦੇ ਇਸ ਪ੍ਰੋਗਰਾਮ ਵਿੱਚ ਸਾਰੇ ਬੁਲਾਰਿਆਂ ਦੇ ਵਿਚਾਰਾਂ ਵਿੱਚ ਇਸ ਗੱਲ ਦਾ ਮਾਣ ਚਲਕ ਰਿਹਾ ਕਿ ਕਮਲਾ ਹੈਰਿਸ ਹੁਣ ਉਹਨਾਂ ਦੇ ਦੇਸ਼ ਦੀ ਅਗਵਾਈ ਕਰੇਗੀ ਹੈਰਿਸ ਤੇ ਉਸ ਬੁਲਾਰੇ ਦੀ ਚਰਚਾ ਵੀ ਕਾਫੀ ਚੱਲ ਰਹੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਪਹਿਲੀ ਸਿਆਫ ਫਾਰਮ ਰਾਸ਼ਟਰਪਤੀ ਹਾਂ ਪਰ ਆਖਰੀ ਨਹੀਂ ਕੈਨੇਡਾ ਦੇ ਗਵਰਨਰਲ ਜਨਰਲ ਅਤੇ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਪ੍ਰਤੀਨਿਧੀ ਜ਼ੂਲੀ ਪੇਟੇ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਜਿਹਾ ਉਹਨਾਂ ਨੇ ਆਪਣੇ ਦਫ਼ਤਰ ਦੇ ਲਗਾਏ ਗਏ ਕ੍ਰਿਤ्थ ਕਾਰਜਸਥਲ ਤੇ ਪਰੇਸ਼ਾਨ ਕਰਨ ਦੇ ਦਾਅਵਿਆਂ ਨੂੰ ਲੈ ਕੇ ਵੀਰਵਾਰ ਨੂੰ ਪ੍ਰਕਾਸ਼ਿਤ ਹੋਈ ਰਿਪੋਰਟ ਮਗਰੋਂ ਕੀਤਾ ਸਰਕਾਰ ਨੇ ਪਿਛਲੇ ਸਾਲ ਜੁਲਾਈ ਵਿੱਚ ਦੋਸ਼ਾਂ ਦੀ ਸੁਤੰਤਰ ਸਮੀਖਿਆ ਕੀਤੀ ਸੀ ਉਦੋਂ ਗਵਰਨਰਲ ਜਨਰਲ ਦੀ ਅਧਿਕਾਰਤ ਰਿਹائش ਰੀਡਿਊ ਹਾਲ ਹੀ ਵਿੱਚ ਖਰਾਬ ਵਾਤਾਵਰਨ ਦੇ ਦੋਸ਼ ਲੱਗੇ ਸਨ ਕੈਨੇਡੀਅਨੀ ਮੀਡੀਆ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸਮੀਖਿਆ ਦੇ ਨਤੀਜੇ ਬਹੁਤ ਖਰਾਬ ਹਨ ਪੇਟੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੇਰੇ ਦਫ਼ਤਰ ਦੀ ਅਖੰਡਤਾ ਅਤੇ ਸਾਡੇ ਦੇਸ਼ ਤੇ ਲੋਕਤੰਤਰੀ ਸੰਸਥਾਵਾਂ ਦੀ ਭਲਾਈ ਲਈ ਮੈਂ ਇਸ ਨਤੀਜੇ ਤੇ ਪਹੁੰਚੀ ਹਾਂ ਕਿ ਨਵੇਂ ਗਵਰਨਰਲ ਜਨਰਲ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ ਮੈਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਫੈਸਲੇ ਬਾਰੇ ਦੱਸ ਦਿੱਤਾ ਹੈ ਗਵਰਨਰਲ ਜਨਰਲ ਦੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਵਰਤਮਾਨ ਅਤੇ ਸਾਬਕਾ ਕਰਮਚਾਰੀਆਂ ਨੇ ਦੋਸ਼ ਲਗਾਇਆ ਸੀ ਕਿ ਪੇਟੇ ਉਨ੍ਹਾਂ ਨੂੰ ਧਮਕਾਉਂਦੀ ਜਨਤਕ ਤੌਰ ਤੇ અપਮਾਨ ਕਰਦੀ ਹੈ ਤੇ ਕਰਮਚਾਰੀਆਂ ਨਾਲ ਬੁਲੀ ਮਤਲਬ ਤੱਕੇ ਸ਼ਾਹੀ ਕਰਦੀ ਹੈ ਇਸ ਕਾਰਨ ਕੁਝ ਨੇ ਤੰਗ ਆ ਕੇ ਦਫਤਰ ਛੱਡ ਦਿੱਤਾ ਪੇਟੇ ਨੇ ਉਸ ਸਮੇਂ ਦੋਸ਼ਾਂ ਦੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹਨਾਂ ਨੂੰ ਇਸ ਮੁੱਦੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਕੈਨੇਡਾ ਦੇ ਇਤਿਹਾਸ ਵਿੱਚ ਵਿਸ਼ੇਸ਼ ਰੂਪ ਨਾਲ ਅਜਿਹੇ ਹਾਲਾਤਾਂ ਵਿੱਚ ਇੱਕ ਗਵਰਨਰਲ ਜਨਰਲ ਦਾ ਅਸਤੀਫਾ ਬੇਮਿਸਾਲ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਸਿਰਸਾ ਤੇ ਦਿੱਲੀ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨਾਂ ਤੇ ਧੋਖਾਧੜੀ ਜਾਲ ਸਾਜੀ ਕਰਨ ਦੇ ਦੋਸ਼ ਲੱਗੇ ਨੇ ਸਿਰਸਾ ਤੇ ਗੁਰਦੁਆਰੇ ਦੇ ਫੰਡ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲੱਗਾ ਹੈ ਦੱਸਣਯੋਗ ਹੈ ਕਿ ਦੇਰ ਰਾਤ ਸਿਰਸਾ ਨੇ ਸੋਸ਼ਲ ਮੀਡੀਆ ਤੇ ਲਾਈਵ ਵੀਡੀਓ ਸਾਂਝੀ ਕੀਤੀ ਸੀ ਇਸ ਵੀਡੀਓ ਵਿੱਚ ਜੁਪੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੀ ਹੈ ਉਹਨਾਂ ਦੀ ਗ੍ਰਿਫਤਾਰੀ ਕਿਉਂ ਕੀਤੀ ਜਾ ਰਹੀ ਹੈ ਇਸ ਦੀ ਜਾਣਕਾਰੀ ਪੁਲਿਸ ਵੱਲੋਂ ਉਹਨਾਂ ਨੂੰ ਵੀ ਨਹੀਂ ਦਿੱਤੀ ਗਈ ਹਾਲਾਂਕਿ ਉੱਤਰ ਪ੍ਰਦੇਸ਼ ਪੁਲਿਸ ਨੇ ਇਹਨਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਸਿਰਸਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਖੇਤੀ ਕਾਨੂੰਨਾ ਵਿਰੁੱਧ ਕਿਸਾਨਾਂ ਦਾ ਅੰਦੋਲਨ 58ਵਾਂ ਦਿਨ ਵੀ ਜਾਰੀ ਹੈ ਇਸ ਵਿੱਚ ਅੱਜ ਯਾਨੀ ਸ਼ੁੱਕਰਵਾਰ ਨੂੰ ਸਰਕਾਰ ਅਤੇ ਕਿਸਾਨਾਂ ਵਿਚਾਲੇ 11ਵੇਂ ਦੌਰ ਦੀ ਮਹੱਤਵਪੂਰਨ ਬੈਠਕ ਹੋਣੀ ਹੈ ਇਹ ਬੈਠਕ ਵਿਗਿਆਨ ਭਵਨ ਵਿੱਚ ਦੁਪਹਿਰ 12 ਵਜੇ ਹੋਵੇਗੀ ਦਰਅਸਲ ਸਰਕਾਰ ਨੇ ਪਿਛਲੀ ਜਾਨੀ ਕਿ 10ਵੇਂ ਗੇੜ ਦੀ ਬੈਠਕ ਵਿੱਚ ਖੇਤੀ ਸੁਧਾਰ ਕਾਨੂੰਨਾਂ ਨੂੰ 1.5 ਸਾਲ ਤੱਕ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਸੀ ਸਰਕਾਰ ਦਾ ਕਹਿਣਾ ਹੈ ਕਿ ਵੱਧਦੀ ਠੰਡ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਤਾਂ ਕਿ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾ ਸਕਣ ਹਾਲਾਂਕਿ ਕਿਸਾਨਾਂ ਨੇ ਵੀਰਵਾਰ ਨੂੰ ਦਿੱਲੀ ਸਿੰਘੂ ਸਰਹੱਦ ਤੇ ਬੈਠਕ ਤੋਂ ਬਾਅਦ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੋਂ ਇਲਾਵਾ ਹੋਰ ਕਿਸੇ ਪ੍ਰਸਤਾਵ ਨੂੰ ਨਹੀਂ ਮੰਨਣਗੇ ਦੂਜੇ ਪਾਸੇ ਕਿਸਾਨ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਦਿਨ ਰਾਜਧਾਨੀ ਦੇ ਆਊਟਰ ਰਿੰਗ ਰੋਡ ਤੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਇਸ ਸਬੰਧ ਵਿੱਚ ਕਿਸਾਨ ਤੇ ਬੰਦੀਆਂ ਤੇ ਪੁਲਿਸ ਅਧਿਕਾਰੀਆਂ ਵਿਚਾਲੇ ਬੈਠਕ ਵੀ ਹੋਈ ਜਿਸ ਵਿੱਚ ਕੋਈ ਫੈਸਲਾ ਨਹੀਂ ਹੋ ਸਕਿਆ ਪੁਲਿਸ ਕਨ ਤੰਦਰ ਦਿਵਸ ਕਾਰਨ ਕਿਸਾਨਾਂ ਨੂੰ ਆਊਟਰ ਰਿੰਗ ਰੋਡ ਤੇ ਟਰੈਕਟਰ ਮਾਰਚ ਦੀ ਮਨਜ਼ੂਰੀ ਦੇ ਰਹੀ ਹੈ ਟਰੈਕਟਰ ਮਾਰਚ ਨੂੰ ਲੈ ਕੇ ਕਿਸਾਨਾਂ ਨਾਲ ਪੁਲਿਸ ਅਧਿਕਾਰੀ ਅੱਜ ਵੀ ਬੈਠਕ ਕਰਨਗੇ ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 10ਵੇਂ ਦੌਰ ਦੀ ਬੈਠਕ ਹੋਈ ਸੀ ਪਰ ਇਸ ਬੈਠਕ ਵਿੱਚ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ ਹੁਣ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 22 ਜਨਵਰੀ ਜਾਨੀ ਅੱਜ ਬੈਠਕ ਹੋਵੇਗੀ ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ ਇੱਕ ਨਿਸ਼ਚਿਤ ਸਮੇਂ ਲਈ ਕਾਨੂੰਨ ਤੇ ਰੋਕ ਲਗਾ ਦਿੱਤੀ ਜਾਵੇ ਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਸਰਕਾਰ ਅਤੇ ਕਿਸਾਨ ਦੋਵੇਂ ਹੋਣ ਪਰ ਕਿਸਾਨ ਸੰਗਠਨ ਇਸ ਪ੍ਰਸਤਾਵ ਤੇ ਰਾਜ਼ੀ ਨਹੀਂ ਹੋਏ ਨਾਲ ਹੀ ਸਰਕਾਰ ਵੱਲੋਂ ਇਹ ਵੀ ਅਪੀਲ ਕੀਤੀ ਗਈ ਸੀ ਕਿ ਇਸ ਪ੍ਰਸਤਾਵ ਦੇ ਨਾਲ-ਨਾਲ ਤੁਹਾਨੂੰ ਅੰਦੋਲਨ ਵੀ ਖਤਮ ਕਰਨਾ ਹੋਵੇਗਾ बुधवार ਨੂੰ ਡੈਮੋਕ੍ਰੇਟ ਜੋ ਵਾਈਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸੌਹ ਚੁੱਕੀ ਨਵੇਂ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਤੋਂ ਦੁਨੀਆ ਭਰ ਦੇ ਹੋਰ ਦੇਸ਼ਾਂ ਵਾਂਗ ਯੂਰੋਪੀ ਸੰਘ ਨੂੰ ਵੱਡੀਆਂ ਉਮੀਦਾਂ ਹਨ ਯੂਰੋਪੀ ਸੰਘ ਦੇ ਨੇਤਾ ਇਸ ਆਸ ਵਿੱਚ ਵੰਡੇ ਹੋਏ ਹਨ ਕਿ ਟ੍ਰਾਂਸ ਅਟਲੈਂਟਿਕਸ ਸਬੰਧ ਬਹਾਲ ਹੋਣਗੇ ਅਤੇ ਅਮਰੀਕਾ ਨਾਲ ਸਬੰਧ ਸੁਧਾਰਨ ਹੋ ਜਾਣਗੇ ਯੂਰੋਪੀ ਸੰਸਦ ਦੇ ਪ੍ਰਧਾਨ ਡੇਵਿਡ ਸਾਸਰੋਲੀ ਨੇ ਜੋ ਵਾਈਡਨ ਅਤੇ ਕਮਲਾ ਹੈਰਿਸ ਨੂੰ ਉਹਨਾਂ ਦੇ ਅਹੁਦਾ ਸੰਭਾਲਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਯੂਰੋਪੀ ਯੂਨੀਅਨ ਦੇ ਅਗਲੀ ਸੰਸਦੀ ਸੈਸ਼ਨ ਵਿੱਚ ਬੋਲਣ ਲਈ ਸੱਦਾ ਦਿੱਤਾ ਸਾਸੋਲੀ ਨੇ ਕਿਹਾ ਰਾਸ਼ਟਰਪਤੀ ਬਾਈਡਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਨੂੰ ਸ਼ੁਭਕਾਮਨਾਵਾਂ ਨਵੇਂ ਅਮਰੀਕੀ ਪ੍ਰਸ਼ਾਸਨ ਟ੍ਰਾਂਸ ਅਟਲਾਂਟਿਕ ਸਬੰਧਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਿਹਾ ਹੈ ਦੁਨੀਆ ਨੂੰ ਯੂਰਪ ਅਤੇ ਅਮਰੀਕਾ ਵਿੱਚ ਮਜ਼ਬੂਤ ਸਬੰਧ ਦੀ ਲੋੜ ਹੈ ਅਸੀਂ ਰਾਸ਼ਟਰਪਤੀ ਬਾਈਡਨ ਨਾਲ ਮਿਲਣ ਲਈ ਤਿਆਰ ਹਾਂ ਅਤੇ ਉਨ੍ਹਾਂ ਨੂੰ ਯੂਰੋਪੀ ਸੰਸਦ ਦੇ ਸੈਸ਼ਨ ਨੂੰ ਸੰਬੋਧਿਤ ਕਰਨ ਲਈ ਸੱਦਾ ਦਿੰਦੇ ਹਾਂ ਸਾਸੋਲੀ ਨੇ ਬਾਈਡਨ ਦੇ ਫੈਸਲੇ ਦਾ ਸਵਾਗਤ ਵੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਅਤੇ ਪੈरिस ਜਲਵਾਯੂ ਤਬਦੀਲੀ ਸਮਝੌਤੇ ਵਿੱਚ ਅਮਰੀਕਾ ਦੀ ਵਾਪਸੀ ਦੀ ਗੱਲ ਕਹੀ ਇਸ ਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰुण ਕੌਰ ਮਾਨ ਨੂੰ ਦਿਵਾ ਗਿਆ ਤੁਸੀਂ ਬਨੇ ਰਹੋ ਪੰਜਾਬ ਮੀਅਰ ਯੂ ਐਸ ਏ ਟੀਵੀ ਦੇ ਨਾਲ